ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਤੁਹਾਡੇ ਸਾਹਮਣੇ ਫਿਰ ਲਾਈਵ ਹੋਏ ਜੀ ਮਨੁੱਖਤਾ ਦੀ ਸੇਵਾ ਪਰਿਵਾਰ। ਜਿਵੇਂ ਤੁਹਾਨੂੰ ਪਤਾ ਚਾਹ ਦਾ ਲੰਗਰ ਛਕਣ ਲੱਗਿਆ ਵਾ, ਚਾਹ ਛਕ ਰਹੇ ਨੇ ਅਤੇ ਵਾਹਿਗੁਰੂ ਕਿਰਪਾ ਕਰਨ, ਸੱਚੇ ਪਾਤਸ਼ਾਹ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖਣ। ਅਤੇ ਅੱਜ ਜਿਹੜੀ ਸਭ ਤੋਂ ਵੱਡੀ ਗੱਲ ਇਹ ਆ ਕਿ ਸੋਸ਼ਲ ਮੀਡੀਆ ਦੇ ਥਰੂ ਅਸੀਂ ਅੱਜ ਕਾਫੀ ਵੀਡੀਓ ਦੇ ਵਿੱਚ ਵੀ ਦੇਖਿਆ ਵੀ ਬਹੁਤ ਭੈਣ ਭਰਾ ਬੜੇ ਉਤਸ਼ਾਹ ਦੇ ਨਾਲ ਭਗਤ ਪੂਰਨ ਸਿੰਘ ਜੀ ਦਾ ਜਨਮ ਦਿਹਾੜਾ ਮਨਾ ਰਹੇ ਨੇ। ਸਾਡੇ ਉਹ ਰੋਲ ਮਾਡਲ ਨੇ, ਸਾਡੇ ਲਈ ਉਹ ਇੱਕ ਪੂਜਨਯੋਗ ਨੇ, ਕਿਉਂਕਿ ਅਸੀਂ ਉਹਨਾਂ ਦੇ ਜੁੱਤੀ ਦੇ ਸਮਾਨ ਵੀ ਹੈ ਨਹੀਂ ਗੇ ਜਿਨ੍ਹਾਂ ਦੀ ਇੱਡੀ ਵੱਡੀ ਭਗਤੀ ਨੇ ਸੇਵਾ ਕੀਤੀ ਹੈ। ਸ਼ੁਰੂ ਪਿੰਗਲਵਾੜਾ ਸਾਹਿਬ ਦੀ ਇੱਡੀ ਵੱਡੀ ਸਥਾਪਨਾ ਕੀਤੀ ਅਤੇ ਉਹਨਾਂ ਨੇ ਸਾਨੂੰ ਸੇਧ ਦਿੱਤੀ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਛੋਟੀ ਜਿਹਾ ਉਪਰਾਲਾ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜਾ ਭਗਤੀ ਦੇ ਜਿਹੜੇ ਬਣਾਏ ਹੋਏ ਨੇ ਨਕਸ਼ੇ ਕਦਮ 'ਤੇ ਚੱਲ ਸਕੀਏ। ਅਸੀਂ ਦੇਖੋ ਇੱਦਾਂ ਦੇ ਇਨਸਾਨ ਸਾਡੇ ਕੋਲ ਸਾਡੇ ਪਰਿਵਾਰ ਦੇ ਵਿੱਚ ਆਏ ਹੋਏ ਨੇ, ਰਹਿ ਰਹੇ ਨੇ। ਜਿਵੇਂ ਇਹ ਚਿੱਟਾ ਗੰਗਾ ਨਾਂ ਦੇ ਨਾਲ ਜਾਣਿਆ ਜਾਂਦਾ ਵੀਰ, ਅਤੇ ਮੂੰਹ ਦੇ ਵਿੱਚ ਕੀੜੇ ਪਏ ਹੋਏ, ਪੂਰਾ ਫੇਸ ਗਲਿਆ ਹੋਇਆ ਸੀਗਾ। ਇੱਦਾਂ ਹੀ ਇਹ ਪੀਰ ਆਇਆ ਸਾਡੇ ਕੋਲ ਮੁੰਨਾ ਕੱਲ, ਇਹਦੇ ਵੀ ਮੂੰਹ ਦੇ ਵਿੱਚ ਬਹੁਤ ਵੱਡਾ ਜ਼ਖਮ ਆ। ਅਤੇ ਇੱਦਾਂ ਦੇ ਪਤਾ ਨਹੀਂ ਕਿੰਨੇ ਇਨਸਾਨ ਜਿਹੜੇ ਇੱਦਾਂ ਦੇ ਹਾਲਾਤਾਂ ਦੇ ਨਾਲ ਸੜਕਾਂ ਦੇ ਉੱਪਰ ਆਪਣੀ ਜ਼ਿੰਦਗੀ ਕੱਟਣ ਨੂੰ ਮਜਬੂਰ ਸੀਗੇ, ਕਿਸੇ ਦੇ ਕੀੜੇ ਪਏ ਹੋਏ ਸਿਰ 'ਚ, ਕਿਸੇ ਦੇ ਲੱਤ 'ਚ। ਜਿਵੇਂ ਇਹ ਵੀਰ ਸੀਗਾ, ਇਹਦੀ ਬੈਕ ਸਾਈਡ 'ਤੇ ਸਾਰੇ ਫਿਜੀਕਲੀ ਡਿਸੇਬਲ ਆ, ਜਨਮ ਦੇ ਸਮੇਂ ਤੋਂ ਹੀ ਪੋਲੀਓ ਦਾ ਸ਼ਿਕਾਰ ਆ। ਅਤੇ ਆਹ ਦੇਖੋ ਲੱਤਾਂ ਇਹਦੀਆਂ ਬਿਲਕੁਲ ਹੀ ਹੈ ਨਹੀਂ, ਪਹਿਲਾਂ ਹੀ ਆਪਣੇ ਹੱਥਾਂ ਦੇ ਸਿਰ 'ਤੇ ਚੱਲਦਾ ਸੀ ਵੀਰ ਇਹ। ਅਤੇ ਬੈਕ ਸਾਈਡ 'ਤੇ ਪਿੱਛੇ ਜ਼ਖਮ ਸੀ, ਟੋਇਲਟ ਵਾਲੀ ਜਗ੍ਹਾ 'ਤੇ ਬਹੁਤ ਵੱਡੇ, ਫਿਰੋਜ਼ਪੁਰ ਤੋਂ ਵੀਰ ਛੱਡ ਕੇ ਗਏ ਸਾਡੇ ਕੋਲ। ਜਿੱਦਾਂ ਹੀ ਵੱਡੇ ਪ੍ਰੋਫੈਸਰ ਸਾਹਿਬ ਨੇ, ਇਹਨਾਂ ਨੇ ਮਿਊਜ਼ਿਕ ਦੇ ਉੱਪਰ PhD ਕੀਤੀ ਹੋਈ ਹੈ, ਮਿਊਜ਼ਿਕ ਦੇ ਪ੍ਰੋਫੈਸਰ ਸੀਗੇ ਜੀ ਸੰਗੀਤ ਦੇ, ਪਰ ਪੱਟ ਟੁੱਟ ਗਿਆ ਆਪਣੇ ਹੋਸਪਿਟਲ ਦੇ ਵਿੱਚ। 51 ਦਿਨ ਇੱਦਾਂ ਹੀ ਪਏ ਰਹੇ, ਪੱਟ ਟੁੱਟਿਆ ਹੋਇਆ, ਹੱਡੀ ਬਾਹਰ ਆਈ ਹੋਈ। ਸਾਡੇ ਸਿਵਲ ਹਸਪਤਾਲ ਦੀ ਦੁਰਦਸ਼ਾ ਜਿਹੜੀ ਚੱਲਦੀ ਆ ਉਹਦੇ ਵਾਸਤੇ ਇੱਕ ਉਹਦੀ ਵੀ ਪਿਕਚਰ ਦਿਖਾਉਂਦੇ ਨੇ ਇਹਦੇ, ਇੱਦਾਂ ਦੇ ਬਜ਼ੁਰਗ ਜਿਨ੍ਹਾਂ ਨੇ 50-55 ਦਿਨ ਹਸਪਤਾਲ 'ਚ ਪੈ ਰਹੇ ਪਰ ਡਾਕਟਰਾਂ ਨੇ ਕੋਈ ਟ੍ਰੀਟਮੈਂਟ ਨਹੀਂ ਕੀਤਾ। ਇਹ ਸਾਡਾ ਪਰਿਵਾਰ ਆ ਜੀ, ਛੋਟਾ ਜਿਹਾ, ਅਤੇ ਇਹਦੇ ਵਿੱਚ ਹਰ ਉਹ ਲੋੜਵੰਦ ਇਨਸਾਨ ਜਾਤ ਪਾਤ ਧਰਮ ਤੋਂ ਉੱਪਰ ਉੱਠ ਕੇ ਸੇਵਾ ਦੇ ਵਿੱਚ ਲੱਗੇ ਹੋਏ ਨੇ। ਇੱਕ ਸਰਕਲ ਆਏ ਸੇਵਾ ਦਾ, ਖੁਦ ਜਿਹੜੇ ਠੀਕ ਹੋ ਕੇ ਇੱਕ ਦੂਸਰੇ ਦੀ ਮਦਦ ਕਰਦੇ ਨੇ, ਇੱਕ ਦੂਸਰੇ ਤੋਂ ਟ੍ਰੀਟਮੈਂਟ ਦਿੰਦੇ ਨੇ, ਇੱਕ ਦੂਸਰੇ ਦੀ ਬਾਹ ਫੜਦੇ ਨੇ। ਜਿੱਦਾਂ ਇਹ ਬੱਚਾ ਸਾਡੇ ਕੋਲ ਅੱਜ ਤੋਂ 2.5 ਸਾਲ ਪਹਿਲਾਂ ਆਇਆ ਸੀ, ਇਹਦਾ ਕੁਛ ਵੀ ਨਹੀਂ ਪਤਾ ਇਹ ਕੌਣ ਆ, ਕਿੱਥੋਂ ਆ, ਲੁਧਿਆਣੇ ਸ਼ਹਿਰ ਤੋਂ ਬਹੁਤ ਹੀ ਮਾੜੇ ਹਾਲਾਤਾਂ ਦੇ ਵਿੱਚ ਮਿਲਿਆ ਸੀਗਾ। ਅਤੇ ਇਹ ਸਾਰੇ ਭਗਤ ਪੂਰਨ ਸਿੰਘ ਜੀ ਦੀ ਸੋਚ ਤੋਂ ਪਹਿਰਾ ਦਿੰਦੇ ਹੋਏ ਅਸੀਂ ਸੇਵਾ 'ਚ ਲੱਗੇ ਹੋਏ ਹਾਂ। ਅੱਜ ਉਹਨਾਂ ਦਾ ਜਨਮ ਦਾ ਦਿਹਾੜਾ ਵਾ ਅਤੇ ਅਸੀਂ ਸੰਗਤ ਨੂੰ ਸਾਰੀਆਂ ਨੂੰ ਉਹਨਾਂ ਦੇ ਜਨਮ ਦਿਹਾੜੇ ਦੀਆਂ ਮੁਬਾਰਕਾਂ ਦਿੰਦੇ ਹਾਂ, ਵਧਾਈਆਂ ਦਿੰਦੇ ਹਾਂ। ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ ਅਸੀਂ ਅਰਦਾਸ ਕਰਦੇ ਹਾਂ ਵੀ ਘਰ ਘਰ ਭਗਤ ਪੂਰਨ ਸਿੰਘ ਵਰਗੇ ਪੁੱਤ ਜੰਮਣ ਜਿਹੜੇ ਇੰਨੇ ਲੱਖਾਂ ਲੋਕਾਂ ਦੀ ਜ਼ਿੰਦਗੀਆਂ ਦੇ ਵਿੱਚ ਬਦਲਾਵ ਲੈ ਕੇ ਆਏ, ਜਿਨ੍ਹਾਂ ਨੇ ਅਸਲੀ ਜਿਹੜਾ ਸਾਨੂੰ ਇਨਸਾਨ ਹੋਣ ਦਾ ਜਿਹੜਾ ਅਸਲੀ ਮੰਤਵ ਆ ਸਾਡਾ ਉਹ ਪਹਿਚਾਣਿਆ, ਉਹ ਦਿਖਾਇਆ, ਸਾਨੂੰ ਸਮਝਾਇਆ ਵੀ ਇਨਸਾਨ ਦੀ ਡਿਊਟੀ ਕੀ ਆ, ਅਸਲ ਇਨਸਾਨੀਅਤ ਕਿਹਨੂੰ ਕਹਿੰਦੇ ਆ, ਅਤੇ ਉਹਦੇ ਦੱਸੇ ਹੋਏ ਨਕਸ਼ਿਆਂ ਦੇ ਉੱਪਰ ਚੱਲਣ ਦੀ ਕੋਸ਼ਿਸ਼ ਦੇ ਵਿੱਚ ਸਾਡੇ ਡਾਕਟਰ ਸਾਹਿਬ ਨੇ, ਇਹ ਵੀ ਬਾਈ ਜੀ ਸਾਡੇ ਨਾਲ ਸੇਵਾ ਕਰਾਉਂਦੇ ਨੇ, ਅਤੇ ਬਾਪੂ ਜੀ ਜਿਨ੍ਹਾਂ ਦੀ ਸੇਵਾ ਹੋ ਰਹੀ ਆ, ਇਹ ਯਾਨੀ ਕਿ ਬੇਅੰਤ ਸਿੰਘ ਢਿੱਲੋਂ ਬਾਪੂ ਜੀ ਜ਼ਿਮੀਂਦਾਰ ਬਜ਼ੁਰਗ ਕਮਰੇ ਦੇ ਵਿੱਚ ਬੰਦ ਕਰਕੇ ਇਹਦੇ ਪੁੱਤ ਨੇ ਇਹਨੂੰ ਰੱਖਿਆ ਹੋਇਆ ਸੀ, ਅਤੇ 1 ਸਾਲ ਦੀ ਜਿਹੜੀ ਟੋਇਲਟ ਆ ਉਹ ਵੀ ਬਾਪੂ ਦੇ ਮੰਜੇ ਦੇ ਉੱਪਰ ਅਤੇ ਥੱਲੇ ਹੀ ਪਈ ਸੀ। ਸਿਰਫ 2 ਫੁਲਕੇ ਦਿੰਦਾ ਸੀ ਦਿਹਾੜੀ ਦੇ, ਕਹਿੰਦੇ ਵੀ ਤੂੰ ਲੈਟਰਿਨ ਜ਼ਿਆਦਾ ਕਰਦਾ ਵਾ, ਅਤੇ ਜੇ ਵੱਧ ਰੋਟੀ ਮੰਗਦਾ ਸੀ ਤਾਂ ਬਾਪੂ ਨੂੰ ਕੁੱਟਿਆ ਜਾਂਦਾ ਸੀ। ਬਾਪੂ ਨੂੰ ਅਧਰੰਗ ਹੋ ਗਿਆ ਸੀ, ਉਹਨੂੰ ਐਂ ਸੀ ਵੀ ਛੇਤੀ ਮਰ ਜਾਵੇ, ਇਹਨੂੰ ਸਾਂਭਣਾ ਨਾ ਪਵੇ। ਅਤੇ ਬਾਪੂ ਜੀ ਨੂੰ ਉੱਥੋਂ ਘਰ ਤੋਂ ਲੈ ਕੇ ਆਏ, ਉਸ ਟਾਈਮ ਹਾਲਾਤ ਜਿਵੇਂ ਤੁਹਾਨੂੰ ਦੱਸਿਆ ਇੱਦਾਂ ਦੇ ਸੀਗੇ ਵੀ ਨਰਕ ਤੋਂ ਵੀ ਮਾੜੇ, ਅਤੇ ਹੁਣ ਬਾਪੂ ਜੀ ਕਾਫੀ ਠੀਕ ਅੱਗੇ ਨਾਲੋਂ ਤੁਰਨ ਫਿਰਨ ਲੱਗ ਗਏ ਹਨ। ਸਾਡੀ ਇਹੀ ਕੋਸ਼ਿਸ਼ ਆ ਕਿ ਸਾਡੇ ਡਾਕਟਰ ਸਾਹਿਬ ਆ ਜੀ ਚੰਡੇਲਾ ਸਾਹਿਬ ਹਰੇਕ ਹਫ਼ਤੇ ਐਤਵਾਰ ਦੀ ਐਤਵਾਰ ਸਾਡੇ ਨਾਲ ਸੇਵਾ ਕਰਵਾਉਂਦੇ ਨੇ ਆ ਕੇ ਇੱਥੇ ਫ੍ਰੀ ਦੇ ਵਿੱਚ, ਅਤੇ ਵਾਹਿਗੁਰੂ ਨੇ ਇੱਦਾਂ ਹੀ ਸਾਨੂੰ ਵੀ ਸੇਵਾ ਬਖਸ਼ੀ ਹੋਈ ਹੈ। ਇੱਦਾਂ ਸਾਰਾ ਇੱਕ ਟੀਮ ਦਾ ਵਰਕ ਆ ਇਹ ਸਾਡੀ ਦਾ, ਜਿਹੜੇ ਅਲੱਗ ਅਲੱਗ ਟੀਮ ਮੈਂਬਰ ਸਾਡੇ ਨਾਲ ਜੁੜੇ ਹੋਏ ਸੇਵਾ ਕਰਦੇ ਨੇ, ਬਾਪੂ ਨਿਸ਼ਾਨ ਸਿੰਘ ਜੀ, ਸਾਡੇ ਗ੍ਰੰਥੀ ਸਿੰਘ ਬਾਪੂ ਜੀ, ਇਹ ਵੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਬਾਪੂ ਜੀ ਨੂੰ ਸਾਡੇ ਕੋਲ ਸੱਚੇ ਪਾਤਸ਼ਾਹ ਨੇ ਭੇਜਿਆ, ਅਤੇ ਹੁਣ ਸਾਡੇ ਕੋਲ ਇੱਥੇ ਸੇਵਾ ਕਰਾਉਂਦੇ ਨੇ। ਗ੍ਰੰਥੀ ਸਿੰਘ ਦੀ ਸੇਵਾ ਵਾ, ਅਤੇ ਜਿਹੜਾ ਸਾਡਾ ਇੱਕ
ਅੱਜ ਦਾ ਮੋਟਿਵ ਸੀਗਾ ਕਿ ਭਗਤ ਜੀ ਦੇ ਜਨਮ ਦਿਨ ਦੀਆਂ ਮੁਬਾਰਕਾਂ ਤੁਹਾਨੂੰ ਦੇਣੀਆਂ ਸੀ ਅਤੇ ਤੁਹਾਨੂੰ ਪਰਿਵਾਰ ਦੇ ਨਾਲ ਮਿਲਾਉਣਾ ਸੀਗਾ। ਇਹ ਪਰਿਵਾਰ ਬੈਠਾ ਜੀ ਰੇਸ਼ਮ ਸਿੰਘ ਦਾ ਪਰਿਵਾਰ ਆ। ਇਹ ਰੇਸ਼ਮ ਸਿੰਘ ਇੱਕ ਦੁਰਘਟਨਾ ਦੇ ਵਿੱਚ ਇਹਦੀ ਰੀੜ੍ਹ ਦੀ ਹੱਡੀ ਟੁੱਟ ਗਈ ਸੀਗੀ, ਇਹ ਕਰਕੇ ਇਹ ਮੰਜੇ 'ਤੇ ਪਿਆ ਪਿਛਲੇ 10 ਸਾਲਾਂ ਤੋਂ। ਇੱਕ ਲੱਤ ਹੈ ਜੀ, ਉਹ ਵੀ ਕੰਮ ਨਹੀਂ ਕਰਦੀ ਗਈ ਕਿਉਂਕਿ ਥੱਲੇ ਵਾਲਾ ਹਿੱਸਾ ਡੈਡ ਹੋ ਗਿਆ ਸੀਗਾ ਅਤੇ ਆਹ ਲੱਤ ਕੱਟਣੀ ਪੈ ਗਈ। ਪਿਛਲੇ ਸਾਲ ਕਿਤੇ ਹੋਸਪਿਟਲ ਤੋਂ ਦਵਾਈ ਲੱਤ ਲੱਤ ਗਲ ਗਈ ਸੀ ਸਾਰੀ, ਵੀ ਲੱਤ ਦੇ ਵਿੱਚ ਬਹੁਤ ਵੱਡੇ ਵੱਡੇ ਜ਼ਖਮ ਹੋ ਗਏ ਸੀ। ਇਹ ਬੱਚੀ ਹੈ ਛੋਟੀ ਜੀ ਰਮਨ, ਰੇਸ਼ਮ ਸਿੰਘ ਦੀ ਬੇਟੀ ਆ ਇਹ ਬੱਚੀ ਅਤੇ ਇੱਕ ਇਹਦਾ ਬੇਟਾ ਵਾ ਜਸ਼ਨ। ਉਹ ਦੋਵੇਂ ਬੱਚੇ ਇਹਦੇ ਪੱਟੀਆਂ ਕਰਦੇ ਸੀ ਆਪਣੇ ਬਾਪ ਦੇ ਇਲੈਕਟ੍ਰੋਨਿਕ ਟੇਪ ਦੇ ਨਾਲ ਅਤੇ ਜਿੰਨੀ ਕੁ ਵੀ ਜਾਣੀ ਕਿ ਪਰਿਵਾਰ ਨੂੰ ਕੁਛ ਨਹੀਂ ਜਿੰਨੀ ਵੀ ਪਰਿਵਾਰ ਤੋਂ ਸੇਵਾ ਕਰ ਹੁੰਦੀ ਸੀਗੀ। ਇੱਕ ਅਪਾਹਜ ਇਨਸਾਨ ਦੀ ਪਰਿਵਾਰ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦਾ ਸੀਗਾ। ਵੀਰ ਉਦੋਂ ਸਾਡੇ ਕੋਲ ਕਰੀਬ 2.5-3 ਮਹੀਨੇ ਰਿਹਾ, ਉਦੋਂ ਜਿੰਨੇ ਜ਼ਖਮ ਸੀ ਬੈਕ ਦੇ ਉੱਪਰ ਉਹ ਸਾਰੇ ਕਰੀਬ ਕਰੀਬ ਠੀਕ ਹੋ ਗਏ ਸੀਗੇ। ਲੱਤ ਕੱਟੀ ਗਈ ਸੀਗੀ ਜਿਹਦੇ ਕਰਕੇ ਵਜਨ ਥੋੜ੍ਹਾ ਹਲਕਾ ਹੋ ਗਿਆ ਸੀ, ਆਪਣਾ ਵਜਨ ਚੱਕਾ ਚੱਕਣ ਦੇ ਕਾਬਿਲ ਹੋ ਗਿਆ ਸੀ ਰੇਸ਼ਮ ਸਿੰਘ। ਅਤੇ ਜਿੰਨੀ ਕੁ ਸਾਡੇ ਪਰਿਵਾਰ ਵੱਲੋਂ ਮਦਦ ਕਰ ਸਕੀ ਅਸੀਂ ਪੂਰੀ ਕੀਤੀ। ਹੁਣ ਫਿਰ ਗਰੀਬ ਸਾਲ ਬਾਅਦ ਰੇਸ਼ਮ ਸਾਡੇ ਕੋਲ ਆਇਆ, ਦੁਬਾਰਾ ਜ਼ਖਮ ਵੀ ਥੋੜ੍ਹੇ ਵੱਡੇ ਹੋ ਗਏ ਸੀ ਅਤੇ ਪ੍ਰੋਬਲਮ ਸਭ ਤੋਂ ਵੱਡੀ ਕੀ ਹੈ, ਬੱਚੇ ਵੀ ਵੱਡੇ ਹੋ ਰਹੇ ਨੇ ਜੀ, ਫਿਜੀਕਲੀ ਡਿਸੇਬਲ। ਘਰ ਦੇ ਵਿੱਚ ਇਨਕਮ ਦਾ ਕੋਈ ਸੋਰਸ ਨਹੀਂ, ਜਿੰਨੀ ਜ਼ਮੀਨ ਜਾਇਦਾਦ ਸੀਗੀ ਉਹ ਸਾਰੀ ਵਿਕ ਗਈ ਆ, ਇਹਦੇ ਇਲਾਜ 'ਤੇ ਲੱਗ ਗਈ ਆ ਅਤੇ ਬੱਚੇ ਹੁਣ ਬੇਟੀ ਤੁਹਾਨੂੰ ਕਹਿੰਦੇ ਤੁਸੀਂ ਕਿਹੜੀ ਕਲਾਸ 'ਚ ਹੋ ਗਈ ਪੁੱਤਰ? ਮੈਂ 9th ਕਲਾਸ ਦੇ ਵਿੱਚ ਆ ਬੇਟੀ। ਬੇਟੀ 9th 'ਚ ਆ, ਜਸ਼ਨ ਕਿਹੜੀ ਕਲਾਸ 'ਚ ਆ? ਬੇਟਾ ਪਲੱਸ 2 'ਚ। ਉਹ ਪਲੱਸ 2 'ਚ ਹੋ ਗਿਆ। ਬੱਚਿਆਂ ਦੀਆਂ ਡਿਮਾਂਡਸ, ਬੱਚਿਆਂ ਦੇ ਖਰਚੇ ਵੱਧ ਰਹੇ ਨੇ। ਇਹ ਭੈਣ ਆ ਅਤੇ ਯਾਨੀ ਕਿ ਅਸੀਂ ਕੀ ਕਹੀਏ ਵੀ ਹੁਣ ਇਹਨੂੰ ਵਿਚਾਰੀ ਲਈ ਇਹਨੂੰ ਹੌਸਲਾ ਦੇਣ ਨੂੰ ਲੱਭ ਨਹੀਂ ਹੈਗੀ। ਇੱਕ ਤਾਂ ਬੱਚਿਆਂ ਦੀ ਜ਼ਿੰਮੇਵਾਰੀ ਉੱਪਰੋਂ ਆਪਣੇ ਸਿਰ ਦੇ ਸਾਈਂ ਦੀ ਜ਼ਿੰਮੇਵਾਰੀ ਵੀ ਇਹਨਾਂ ਦੇ ਆ ਵੀ ਉਹਨੂੰ ਨਹਾਉਣਾ ਧਵਾਉਣਾ ਟੋਇਲੈਟ ਬਾਥਰੂਮ ਦੀ ਹਰ ਤਰ੍ਹਾਂ ਦੀ ਜ਼ਿੰਮੇਵਾਰੀ, ਕਿਉਂਕਿ ਉਹ ਵੀ ਡਿਸੇਬਲ ਆ, ਪਿਛਲੇ 10 ਸਾਲਾਂ ਤੋਂ ਮੰਜੇ 'ਤੇ ਪਿਆ। ਕਰਮਾਲਾ ਵਾਲੇ ਰੇਸ਼ਮ ਸਿੰਘ ਜੀ ਨੂੰ ਇੱਦਾਂ ਦਾ ਪਰਿਵਾਰ ਮਿਲਿਆ, ਭੈਣ ਬਹੁਤ ਕੇਅਰ ਕਰਦੇ ਨੇ, ਬੱਚੇ ਵੀ ਨਾਲ ਸਾਥ ਦਿੰਦੇ ਨੇ, ਪਰ ਹੁਣ ਰੇਸ਼ਮ ਸਿੰਘ ਨੂੰ ਸਾਥ ਦੀ ਲੋੜ ਆ ਆਪਣੇ ਸਾਥ ਦੀ, ਕਿਉਂਕਿ ਇਸ ਟਾਈਮ ਬੱਚਿਆਂ ਦੇ ਖਰਚੇ ਅਤੇ ਸਿਰ ਦੀ ਛੱਤ ਆ ਜਿਹੜੀ ਉਹ ਦੋਨੇ ਹੀ ਜ਼ਰੂਰਤ ਬਹੁਤ ਜ਼ਿਆਦਾ ਉਹਨਾਂ ਦੀ ਛੱਤ ਚੋਣ ਲੱਗ ਗਈ ਆ। ਕੁਝ ਵੀਰਾਂ ਨੇ ਮਦਦ ਵੀ ਕੀਤੀ ਆ, ਅਸੀਂ ਧੰਨਵਾਦ ਕਰਦੇ ਉਹਨਾਂ ਵੀਰਾਂ ਦਾ, ਬੇਨਾਮ ਵੀਰ ਜਿਹੜੇ ਰੇਸ਼ਮ ਨੂੰ ਇੱਥੇ ਹੈਲਪ ਦੇ ਕੇ ਗਏ ਆ। ਇੱਕ 25,000 ਰੁਪਇਆ ਦੇ ਕੇ ਗਿਆ ਵੀਰ ਚੈੱਕ, ਇੱਕ ਵੀਰ 10,000 ਰੁਪਏ ਦੇ ਕੇ ਗਿਆ, ਇੱਕ 5,000 ਰੁਪਏ ਸਿੱਧੀ ਰੇਸ਼ਮ ਦੀ ਹੈਲਪ ਕਰੀ ਹੋਈ ਆ। ਇੱਦਾਂ ਹੀ ਬਾਹਰੋਂ ਵੀ ਭੈਣ ਉਹਨਾਂ ਦਾ ਫੋਨ ਵੀ ਆਇਆ ਸੀ, ਉਹ ਵੀ ਸਾਨੂੰ ਇਹੀ ਕਹਿੰਦੇ ਸੀ ਤੁਸੀਂ ਰੇਸ਼ਮ ਦੇ ਘਰ ਦਾ ਐਸਟੀਮੇਟ ਲਾ ਕੇ ਦੱਸੋ, ਅਸੀਂ ਜਿੰਨੀ ਹੋ ਸਕੇ ਮਦਦ ਕਰਾਂਗੇ। ਕਿਉਂਕਿ ਹੋਰ ਵੀ ਸੰਗਤ ਨੂੰ ਬੇਨਤੀ ਕਰਦੇ ਹਾਂ ਵੀ ਇਹਨਾਂ ਬੱਚਿਆਂ ਦਾ ਭਵਿੱਖ ਬਣਾਉਣ ਦੀ ਖਾਤਰ ਕੋਈ ਇੱਦਾਂ ਦਾ ਉਪਰਾਲਾ ਜੇ ਹੋ ਜਾਵੇ ਵੀ ਇਹਨਾਂ ਰੇਸ਼ਮ ਦਾ ਘਰ ਵੀ ਬਣ ਜਾਵੇ ਅਤੇ ਰੇਸ਼ਮ ਆਪਣੇ ਬੱਚਿਆਂ ਨੂੰ ਪੜ੍ਹਾਉਣ ਜੋਗੇ ਪੈਸੇ ਇਕੱਠੇ ਕਰ ਲਵੇ, ਜਿਹਦੇ ਨਾਲ ਬੈਠ ਕੇ ਘੱਟੋ ਘੱਟ ਆਪਣੇ ਬੱਚਿਆਂ ਦੀ ਪੜ੍ਹਾਈ ਲਿਖਾਈ ਤਾਂ ਕਰਾ ਸਕੇ। ਵੀ ਮੰਜੇ 'ਤੇ ਬਹਿਣਾ ਹੀ ਆਪਣੇ ਆਪ 'ਚ ਬਹੁਤ ਵੱਡਾ ਇੱਕ ਜਿਵੇਂ ਕਹਿ ਲਈਏ ਸਜ਼ਾ ਵਾ ਇਹ, ਪਰ ਇਹ ਵੀ ਨਾਲ ਸਜ਼ਾ ਦੂਜੀ ਵੀ 10 ਰੁਪਈਏ ਵੀ ਜੇਬ 'ਚ ਨਹੀਂ ਹੁੰਦੇ ਬੱਚਿਆਂ ਨੂੰ ਦੇਣ ਲਈ ਅਤੇ ਬੱਚਿਆਂ ਨੂੰ ਕੱਪੜੇ ਸਵਾਉਣ ਲਈ ਵਰਦੀ ਲਈ ਵੀ ਪੈਸੇ ਨਹੀਂ ਹੈਗੇ। ਬੱਚਿਆਂ ਦੇ ਜਿੱਦਾਂ ਪੂਰੀਆਂ ਤਾਂ ਪਿੱਛੇ ਰਹਿ ਗਈਆਂ ਕਰ ਲੈਣੇ, ਜਿੱਦ ਤੱਕ ਕਿੱਥੋਂ ਪੂਰੀ ਕਰ ਦੂਗੇ ਮੰਜੇ 'ਤੇ ਬੈਠਾ, ਜਿਹੜੀਆਂ ਉਹਨਾਂ ਦੀਆਂ ਲੋੜਾਂ ਉਹ ਵੀ ਪੂਰੀਆਂ ਨਹੀਂ ਕਰ ਪਾ ਰਿਹਾ ਜੀ। ਇਸ ਕਰਕੇ ਤੁਹਾਡੇ ਸਾਹਮਣੇ ਤੁਹਾਡੀ ਕਚਹਿਰੀ ਦੇ ਵਿੱਚ ਰੇਸ਼ਮ ਆਇਆ, ਅੱਜ ਰੇਸ਼ਮ ਦੀ ਫੈਮਲੀ ਨੂੰ ਅਸੀਂ ਅੱਜ ਬੁਲਾਇਆ ਸੀ, ਸੰਡੇ ਸੀਗਾ ਅਤੇ ਬੱਚਿਆਂ ਨੂੰ ਛੁੱਟੀਆਂ ਸੀਗੀਆਂ। ਤੁਸੀਂ ਭੈਣ ਉਹਨਾਂ ਨੂੰ ਬੇਨਤੀ ਕਰੀ ਕਿ ਤੁਸੀਂ ਆਓ ਇਸ ਦਿਨ ਸਾਡੇ ਕੋਲ, ਆਪਾਂ ਸੰਗਤ ਦੇ ਸਾਹਮਣੇ ਹੁੰਦੇ ਹਾਂ ਅਤੇ ਜੋ ਸੰਗਤ ਦਾ ਰੂਪ ਆ ਜਿਹੜਾ ਵਾਹਿਗੁਰੂ ਦਾ ਰੂਪ ਆ, ਅੱਲਾਹ ਦਾ ਰੂਪ ਆ, ਰਾਮ ਦਾ ਰੂਪ ਆ, ਭਗਵਾਨ ਦਾ ਰੂਪ ਆ, ਵੀ ਅਸੀਂ ਚਾਹੁੰਦੇ ਹਾਂ ਵੀ ਸੰਗਤ ਇਸ ਚੀਜ਼ ਦਾ ਫੈਸਲਾ ਲਵੇ ਵੀ ਰੇਸ਼ਮ ਦੇ ਨਾਲ ਹੁਣ ਅੱਗੋਂ ਕੀ ਹੋਣਾ ਚਾਹੀਦਾ, ਰੇਸ਼ਮ ਦੇ ਘਰ ਬਾਰੇ, ਰੇਸ਼ਮ ਦੇ ਬੱਚਿਆਂ ਬਾਰੇ, ਰੇਸ਼ਮ ਦੀ ਵਾਈਫ ਬਾਰੇ ਆਪਾਂ ਸਾਰੇ ਜਣੇ ਸੋਚੀਏ, ਥੋੜ੍ਹੀ ਥੋੜ੍ਹੀ ਮਦਦ ਕਰੀਏ। ਰੇਸ਼ਮ ਦਾ ਜਿਹੜਾ ਅਕਾਊਂਟ ਨੰਬਰ ਹੈਗਾ ਉਹ ਵੀ ਸਾਡੇ ਤੋਂ ਤੁਸੀਂ ਲੈ ਸਕਦੇ ਹੋ, ਜਾਂ ਇਹਦਾ ਐਡਰੈਸ ਸਾਡੇ ਤੋਂ ਹੋਲਾ ਵਾਲੀ ਪਿੰਡ ਆ ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ, ਅਤੇ ਉੱਥੇ ਤੁਸੀਂ ਜਾ ਕੇ ਸਿੱਧੀ ਮਦਦ ਕਰ ਸਕਦੇ ਹੋ ਪਰਿਵਾਰ ਦੀ ਇਸ ਦੀ। ਇਹ ਵੀਰ ਪਿਛਲੇ 10 ਸਾਲਾਂ ਤੋਂ ਮੰਜੇ 'ਤੇ ਪਿਆ ਸੀ ਘਰ ਦੇ ਵਿੱਚ, ਇਸ ਵੀਰ ਦਾ ਹਿੱਸਾ ਜਿਹੜਾ ਥੱਲੇ ਵਾਲਾ ਬਿਲਕੁਲ ਕੰਮ ਨਹੀਂ ਕਰਦਾ, ਲੱਤ ਕੱਟੀ ਗਈ, ਬੈਕ ਸਾਈਡ 'ਤੇ ਜ਼ਖਮ ਆ ਕਾਫੀ ਵੱਡਾ, ਉਹ ਤੁਹਾਨੂੰ ਅਸੀਂ ਦਿਖਾ ਨਹੀਂ ਸਕਦੇ। ਇਹ ਨਿੱਕੀ ਬੱਚੀ ਆਪਣੇ ਬਾਪ ਦੇ ਪੱਟੀਆਂ ਕਰਦੀ ਸੀ ਘਰ ਦੇ ਵਿੱਚ, ਇਹ ਨਿੱਕੀ ਜਿਹੀ ਬੱਚੀ ਆਪਣੇ ਬਾਪ ਦੇ ਪਿਛਲੇ 7-8 ਸਾਲਾਂ ਤੋਂ ਪੱਟੀਆਂ ਕਰਦੀ ਆ ਰਹੀ ਆ, ਅਤੇ ਇਹਨੇ ਜਦੋਂ ਸੱਤ ਸੰਭਾਲੀ ਆ ਉਦੋਂ ਤੋਂ ਹੀ ਆਪਣੇ ਬਾਪ ਨੂੰ ਮੰਜੇ 'ਤੇ ਪਏ ਨੂੰ ਦੇਖਦੀ ਆ, ਅਤੇ ਇਸ ਬੱਚੀ ਦਾ ਵੀ ਭਵਿੱਖ ਆ ਜਿਹੜਾ ਉਹ ਧੁੰਦਲਾ ਹੋ ਰਿਹਾ ਇਸ ਕਰਕੇ। ਅਤੇ ਪੜ੍ਹਨ ਦੇ ਵਿੱਚ ਬਹੁਤ ਹੁਸ਼ਿਆਰ ਆ, 1st-2nd ਆਉਂਦੀ ਆ, ਅਤੇ ਪੜ੍ਹਾਈ ਕਿਹੜੀ ਕਲਾਸ ਕੁਝ ਪੜ੍ਹਦਾ ਫਿਰ ਤੂੰ?
ਅਰਦਾਸ ਸੀਨੀਅਰ ਸੈਕੰਡਰੀ ਸਕੂਲ ਕਿਹੜਾ ਪਿੰਡ? ਹਰਦਾਸ ਸਾਹਿਬ ਜ਼ਿਲ੍ਹਾ ਬਤੂ ਗੋਲਪੁਰ ਇਹ ਮੈਨੇ ਕਿ ਬੱਚੀ ਦੀਆਂ ਕੁਐਸਚਨ ਪੂਰਾ ਆਪਾਂ ਕਰ ਸਕੀਏ ਇਹਦਾ ਪ੍ਰੋਜੈਕਟ ਬਣਾ ਸਕੀਏ ਰੇਸ਼ਮ ਬਾਟੀ ਤੋਂ ਸੰਗਤ ਨੂੰ ਬੇਨਤੀ ਕਰ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਸੰਗਤ ਦੇ ਮੂਹਰੇ ਬੇਨਤੀ ਕਰਦਾ ਅਰਦਾਸ ਕਰਦਾ ਕਿ ਮੇਰਾ ਘਰ ਪੈ ਸਕੇ ਉਹਨੇ ਮੈਨੂੰ ਘਰ ਮਕਾਨ ਬਣ ਜਾਵੇ ਬੱਚਿਆਂ ਦੀ ਛੱਤ ਬਣ ਜਾਵੇ ਮੇਰਾ ਬਹੁਤ ਤਕਲੀਫ ਆਉਂਦੀ ਆ ਜਦੋਂ ਮੀਂਹ ਆਉਂਦਾ ਉਦੋਂ ਛੱਤ ਚੋਂਦੀ ਆ ਨਾ ਸਿਰ 'ਤੇ ਰਸੋਈ ਆ ਰੋਟੀ ਪਕਾਉਣ ਨੂੰ ਵੀ ਬਹੁਤ ਔਖਾ ਥਾਂ ਹੁੰਦੇ ਆ ਰੋਟੀ ਵੀ ਨਹੀਂ ਪੱਕਦੀ ਇੱਕ ਟਾਈਮ ਆਉਂਦੇ ਹੁੰਦੇ ਜਦੋਂ ਮੀਂਹ ਆਉਂਦਾ ਬਹੁਤ ਔਖਾ ਹੋ ਜਾਂਦਾ ਮੈਂ ਅਰਦਾਸ ਕਰਦਾ ਮੇਰੀ ਬੇਨਤੀ ਇਹੀ ਆ ਕਿ ਮੇਰੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਇਹ ਸਫਾਈ ਹੋਣਾ ਦੇ ਸੰਯੋਗ ਦੇ ਨਾਲ ਹੀ ਆਉਂਦੇ ਹੁੰਦੇ ਆ ਸਭ ਕੁਛ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਜਦੋਂ ਰੇਸ਼ਮ ਕਈ ਵਾਰੀ ਅੱਖਾਂ ਭਰੇ ਆਉਂਦਾ ਰੋਣ ਲੱਗ ਜਾਂਦਾ ਇੱਥੇ ਮੂਹਰੇ ਬੈੱਡ ਲੱਗਿਆ ਰੇਸ਼ਮ ਦਾ ਸਭ ਤੋਂ ਇੱਥੇ ਬੈਠਾ ਪਿਆ ਸਾਡੀਆਂ ਜ਼ਿੰਮੇਵਾਰੀਆਂ ਵੀ ਨਿਭਾਉਂਦਾ ਕੋਈ ਬਾਥਰੂਮ ਜਾਣਾ ਆਵਾਜ਼ ਮਾਰ ਦਿੰਦਾ ਕਿ ਕੂਲਰ 'ਚ ਪਾਣੀ ਹੈ ਨਹੀਂ ਤਾਂ ਵੀ ਇਹਨੇ ਆਵਾਜ਼ ਮਾਰ ਦੇਣੀ ਆ ਇੱਥੇ ਬੈਠ ਕੇ ਸਾਡਾ ਫਿਜੀਕਲ ਸੇਵਲ ਹੋਣ ਦੇ ਬਾਵਜੂਦ ਵੀ ਸਾਡਾ ਸੇਵਾ ਕਰਾਉਂਦਾ ਪਰ ਇਹਦੀ ਅੱਖਾਂ 'ਚ ਕਈ ਵਾਰੀ ਪਾਣੀ ਆ ਜਾਂਦਾ ਜਦੋਂ ਦੇਖ ਕੇ ਇਹਦੇ ਕੋਲ ਦੀ ਨੰਘੀ ਦਾ ਯਾਨੀ ਕਿ ਥੋੜ੍ਹਾ ਪਰੇ ਨੂੰ ਮੂੰਹ ਜਿਹਾ ਕਰ ਲਈਦਾ ਵੀ ਕੀ ਕਹੂੰ ਮੈਂ ਰੇਸ਼ਮ ਨੂੰ ਕੀ ਕਰਾਂਗੇ ਰੇਸ਼ਮ ਦੀ ਖਾਤਰ ਕਿਉਂਕਿ ਸਾਡੇ ਹੱਥ ਬਸ ਜਿੰਨੀ ਕੁ ਸੰਗਤ ਨੇ ਸਾਨੂੰ ਸਹਿਯੋਗ ਦਿੱਤਾ ਤੁਹਾਨੂੰ ਪਤਾ ਸਾਡੇ ਪਰਿਵਾਰ ਦਾ ਕੋਈ ਅਕਾਊਂਟ ਨੰਬਰ ਨਹੀਂ ਅਸੀਂ ਕੈਸ਼ 'ਚ ਪੈਸੇ ਨਹੀਂ ਲੈਂਦੇ ਸਿਰਫ ਚੀਜ਼ਾਂ ਲੈਂਦੇ ਹਾਂ ਰਾਸ਼ਨ ਕੱਪੜੇ ਜੋ ਵੀ ਚੀਜ਼ਾਂ ਚਾਹੀਦੀਆਂ ਹੁੰਦੀਆਂ ਉਹਦੇ ਵਿੱਚ ਅਸੀਂ ਜਿੰਨੀ ਮਦਦ ਹੋ ਸਕਦੀ ਅਸੀਂ ਰੇਸ਼ਮ ਦੀ ਕਰਦੇ ਰਹਿੰਦੇ ਹਾਂ ਪੱਟੀਆਂ ਦਾ ਸਮਾਨ ਵੀ ਰੇਸ਼ਮ ਦਾ ਪਿਛਲੇ ਸਾਲ ਤੋਂ ਅਸੀਂ ਜਿੰਨਾ ਹੋ ਸਕਿਆ ਭੇਜਦੇ ਰਹੇ ਹਾਂ ਉੱਥੇ ਪਰ ਗੱਲ ਹੁਣ ਇੱਥੇ ਆ ਗਈ ਵੀ ਹੁਣ ਤੁਹਾਡੇ ਸਹਿਯੋਗ ਦੀ ਲੋੜ ਆ ਅਤੇ ਰਾਸ਼ ਰੇਸ਼ਮ ਦਾ ਜਿਹੜਾ ਦੁੱਖ ਆ ਤਾਂ ਹੀ ਦੂਰ ਹੋ ਸਕਦਾ ਜਿਵੇਂ ਅੱਜ ਇਹ ਵੇਟ ਬਾਈ ਜੀ ਹੋਣੀ ਸਾਡੇ ਕੋਲ ਇੱਥੇ ਵਿਜਿਟ ਕਰਨ ਲਈ ਆਏ ਸੀ ਫੈਮਲੀ ਦੇ ਨਾਲ ਇਹਨਾਂ ਨੇ ਵੀ ਇਹਨਾਂ ਦੀ ਸਟੋਰੀ ਪਤਾ ਲੱਗੀ ਇਹਨਾਂ ਨੂੰ ਪਤਾ ਲੱਗਿਆ ਵੀ ਰੇਸ਼ਮ ਨੂੰ ਲੋੜ ਆ ਇਸ ਟਾਈਮ ਇਹ ਵੀ ਹੈਲਪ ਕਰ ਰਹੇ ਨੇ ਤੁਸੀਂ ਕਿੰਨੇ ਪੈਸੇ ਦੇ ਰਹੇ ਹੋ 25 ਰੁਪਇਆ ਯਾਨੀ ਕਿ ਇਹ ਸਿੱਧੀ ਹੈਲਪ ਲੋੜਵੰਦ ਦੀ ਗੱਲ ਕਿਸੇ ਨੂੰ ਭੇਜ ਕੇ ਆਪ ਸਾਡੇ ਕੋਲ ਜਾਂ ਆਪ ਖੁਦ ਆ ਕੇ ਕਿਸੇ ਤਰੀਕੇ ਦੀ ਰੇਸ਼ਮ ਦੀ ਮਦਦ ਕਰੋ ਰੇਸ਼ਮ ਦੇ ਪਰਿਵਾਰ ਦੀ ਮਦਦ ਕਰੋ ਬਾਈ ਤੁਹਾਡਾ ਕੀ ਨਾਮ ਪਰਮਜੀਤ ਸਿੰਘ ਇਹ ਬਾਈ ਜੀ ਲੁਧਿਆਣੇ ਤੋਂ ਆਏ ਨੇ 32 ਸੈਕਸ਼ਨ ਤੋਂ ਪਰਮਜੀਤ ਸਿੰਘ ਬਾਈ ਜੀ ਅਤੇ ਉਹਨਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਰੇਸ਼ਮ ਦੀ ਹੈਲਪ ਕੀਤੀ ਆ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਅਸੀਂ ਵੀ ਰੇਸ਼ਮ ਇੱਕ ਚੰਗੀ ਸਿਹਤ ਜਾਬੀ ਭਰੀ ਜ਼ਿੰਦਗੀ ਹੈ ਜਿਹੜੀ ਬਸਰ ਕਰ ਸਕੇ ਇਹਦੇ ਬੱਚੇ ਨੂੰ ਜਿਵੇਂ ਹੁਣ ਸੰਭਾਲ ਰਹੇ ਆ ਤਾਂ ਜ਼ਿੰਦਗੀ ਨੂੰ ਇੱਦਾਂ ਹੀ ਵਧੀਆ ਤਰੀਕੇ ਨਾਲ ਇਹਦੀ ਪਰਮਦੇਸ਼ ਆ ਕਿਉਂਕਿ ਬਾਪ ਦੀ ਸੇਵਾ ਕਰਨੀ ਸਾਰੀ ਉਮਰ ਹੀ ਪੈਣੀ ਆ ਇਸ ਟਾਈਮ ਨੇ ਕਿਉਂਕਿ ਬਾਪ ਮੰਜੇ 'ਤੇ ਆ ਜਿਹੜੀ ਇਹਨੂੰ ਬਿਮਾਰੀ ਹੈ ਜਿਹੜੀ ਇਹਨੂੰ ਮਹਾਰਾਜ ਨੇ ਸੱਟ ਮਾਰੀ ਆ ਉਹ ਇੱਦਾਂ ਹੀ ਇਹਨੂੰ ਝੱਲਣਾ ਪੈਣਾ ਆਪਣੀ ਜ਼ਿੰਦਗੀ ਭਰ ਲਈ ਅਤੇ ਬਸ ਇਹੀ ਅਰਦਾਸ ਕਰਦੇ ਬੱਚਿਆਂ ਨੂੰ ਸਮਰੱਥ ਬਖਸ਼ੇ ਜਿਸਮ ਹੋਣੀ ਰਮਨ ਹੋਣੀ ਆਪਣੇ ਬਾਪ ਦੀ ਸੇਵਾ ਕਰਦੇ ਰਹੇ ਅਤੇ ਭਗਤ ਪੂਰਨ ਸਿੰਘ ਜੀ ਦਾ ਜਨਮ ਦਿਨ ਦੀਆਂ ਤੁਹਾਨੂੰ ਫਿਰ ਬਹੁਤ ਬਹੁਤ ਮੁਬਾਰਕਾਂ ਭਗਤ ਪੂਰਨ ਸਿੰਘ ਜੀ ਨੇ ਸਾਨੂੰ ਇਹੀ ਇੱਕ ਸਿਖਾਇਆ ਸੀਗਾ ਕਿ ਲੋੜਵੰਦ ਦੇ ਨਾਲ ਖੜਨਾ ਮਾੜੇ ਦਾ ਹਮ ਹੀ ਬਣਨਾ ਆਪਾਂ ਅਤੇ ਜੇ ਆਪਾਂ ਲੋੜਵੰਦ ਨਾਲ ਨਹੀਂ ਖੜਾਂਗੇ ਮਾੜੇ ਦੇ ਹਮ ਹੀ ਨਹੀਂ ਬਣਾਂਗੇ ਤਾਂ ਫਿਰ ਉਹ ਦੂਰ ਦੀ ਸਮਾਂ ਜਿੱਦਣ ਪੰਜਾਬ ਦੇ ਵਿੱਚ ਇੱਦਾਂ ਦੇ ਹਾਲਾਤ ਪੈਦਾ ਹੋ ਜਾਣਗੇ ਆ ਤੁਸੀਂ ਦੇਖੋ ਪਿੱਛੇ ਤੁਹਾਡੇ ਸਾਹਮਣੇ ਅਤੇ ਬੈਠੇ ਨੇ ਸਾਡੇ ਪਰਿਵਾਰਾਂ ਦੇ ਮੈਂਬਰ ਆ ਹੁਣ ਜਿਹੜੇ ਇੰਨੇ ਮਾੜੇ ਹਾਲਾਤਾਂ 'ਚ ਪਹੁੰਚੇ ਹੋਏ ਸੀਗੇ ਵੀ ਨਰਕ ਤੋਂ ਵੀ ਮਾੜੀ ਜਾਂਦੀ ਕੱਟਣ ਦੀ ਮਜ਼ਬੂਰ ਸੀ ਕਈ ਬੜੇ ਤਕੜੇ ਘਰਾਂ ਦੇ ਬਜ਼ੁਰਗ ਨੇ ਕਈ ਬੰਦਿਆਂ ਨੇ ਬੜੇ ਵੱਡੇ ਵੱਡੀਆਂ ਜੌਬਾਂ ਕੀਤੀਆਂ ਔਰ ਵਧੀਆ ਪੜ੍ਹੇ ਲਿਖੇ ਇਨਸਾਨ ਨੇ ਪਰ ਸਮੇਂ ਦੀ ਮਾਰ ਆ ਜਦੋਂ ਪੈਂਦੀ ਆ ਪਤਾ ਨਹੀਂ ਲੱਗਦਾ ਕਿਸੇ 'ਤੇ ਕਦੋਂ ਪੈ ਜਾਂਦੀ ਇਸ ਕਰਕੇ ਉਸ ਬਾਈ ਦੇ ਭਾਣੇ ਦੇ ਵਿੱਚ ਰਹਿਣਾ ਚਾਹੀਦਾ ਤਾਂ ਭੈਣ ਦੇ ਵਿੱਚ ਰਹਿਣਾ ਚਾਹੀਦਾ ਸਾਨੂੰ ਅਤੇ ਅਸੀਂ ਜਿਹਨੇ ਵੀਰੇ ਮੇਰਾ ਕੋਈ ਧੰਨਵਾਦ ਨਹੀਂ ਧੰਨਵਾਦ ਤਾਂ ਉਸ ਵਾਹਿਗੁਰੂ ਦਾ ਕਿਉਂ ਨਾ ਮਿਲਦਾ ਇਹ ਤਾਂ ਲਿਖੀਆਂ ਹੋਈਆਂ ਸੀਗੀਆਂ ਮੈਂ ਤਾਂ ਇਸ ਗੱਲ ਨੂੰ ਮੰਨਦਾ ਰੱਬ ਤਾਂ ਵੀਰੇ ਰੱਬ ਹੀ ਆ ਤੂੰ ਤਾਂ ਰੱਬ ਦੇ ਬੰਦੇ ਹੀ ਆ ਰੱਬ ਨੇ ਜੁਗੀਆਂ ਲਾਈਆਂ ਹੋਈਆਂ ਸਾਰੀਆਂ ਅਤੇ ਬਸ ਕਿਰਪਾ ਕਰਨ ਤੁਸੀਂ ਜਾਣੀ ਜਾਣਾ ਸੰਗਤ ਬਸ ਵਾਹਿਗੁਰੂ ਦਾ ਰੂਪ ਆ ਜਦੋਂ ਤੁਸੀਂ ਉਹਨੂੰ ਕਹਿਤਾ ਵੀ ਅਸੀਂ ਕਿਸੇ ਨੂੰ ਕਹਿਣਾ ਨਹੀਂ ਹੋ ਅਤੇ ਇਸ ਵੀਰ ਦੀ ਮਦਦ ਲਈ ਪਲੀਜ਼ ਲੱਗੇ ਆਓ ਆਪਾਂ ਇਸ ਵੀਰ ਦਾ ਘਰ ਪਵਾ ਸਕੀਏ ਇਸ ਬੱਚਿਆਂ ਦੀ ਜਿਹੜੀ ਆਉਣ ਵਾਲੀ ਜ਼ਿੰਦਗੀ ਆ ਉਹਨਾਂ ਨੂੰ ਥੋੜ੍ਹਾ ਇਹਦੀ ਸਿਕਿਉਰਿਟੀ ਮਿਲ ਸਕੇ ਇਹਨਾਂ ਨੂੰ ਵੀ ਇਹਨਾਂ ਦਾ ਭਵਿੱਖ ਆ ਜਿਹੜਾ ਵਧੀਆ ਬਣ ਸਕੇ ਬਸ ਇੰਨੀਆਂ ਕੁ ਬੇਨਤੀਆਂ ਅਤੇ ਇੰਨੀਆਂ ਕੁ ਜਾਣਕਾਰੀਆਂ ਤੁਹਾਡੇ ਨਾਲ ਸਾਂਝੀ ਕਰਨੀ ਸੀ ਸੱਚੇ ਪਾਤਸ਼ਾਹ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖੀ ਭਗਤ ਪੂਰਨ ਸਿੰਘ ਦੀ ਸੋਚ ਨੂੰ ਅਪਣਾਓ ਜੀ ਭਗਤ ਪੂਰਨ ਸਿੰਘ ਜੀ ਨੇ ਜੋ ਸਾਨੂੰ ਦੱਸਿਆ ਜੋ ਭਾਈ ਘਨੱਈਆ ਜੀ ਨੇ ਸਾਨੂੰ ਸਮਝਾਇਆ ਸਿਖਾਇਆ ਉਸੇ ਰਾਹ 'ਤੇ ਸਾਨੂੰ ਭਗਤ ਜੀ ਨੇ ਚੱਲਣ ਲਾਇਆ ਅਤੇ ਅੱਜ ਸਾਨੂੰ ਲੋੜ ਆ ਪੰਜਾਬ ਦੇ ਵਾਸੀਆਂ ਨੂੰ ਭਗਤ ਜੀ ਦੀ ਸੋਚ ਨੂੰ
ਅਪਣਾਉਣ ਦੀ, ਉਹਨਾਂ ਦੀ ਸੋਚ ਨੂੰ ਅਪਣਾ ਕੇ ਅਸੀਂ ਪੰਜਾਬ ਨੂੰ ਬਦਲ ਸਕਦੇ ਹਾਂ, ਅਸੀਂ ਆਪਦੇ ਸਿਸਟਮ ਨੂੰ ਵੀ ਬਦਲ ਸਕਦੇ ਹਾਂ, ਅਸੀਂ ਆਪਦੇ ਸਮਾਜ ਨੂੰ ਵੀ ਬਦਲ ਸਕਦੇ ਹਾਂ। ਸਾਡਾ ਨੰਬਰ 97-800-3000 ਹੈ ਜੀ, 82-848-3000। ਇਹਨਾਂ ਨੰਬਰਾਂ 'ਤੇ ਸੰਪਰਕ ਕਰਕੇ ਤੁਸੀਂ ਸਾਡੇ ਨਾਲ ਕੋਈ ਵੀ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।